ਵੀਰੇ ਇੱਕ ਮੇਨ ਗੱਲ ਤੇ ਰਹਿ ਗਈ ਵਿਆਹ ਵਾਲੀ ਖੁਸ਼ਖਬਰੀ ਕਦੋਂ ਦੇ ਰਹੇ ਹੋ ਤੁਸੀਂ ਜਿਹੜੀ ਸ਼ਿਫਟਾਂ ਪਿੱਛੇ ਰੋਲ ਦਈਏ ਸਾਲੀ ਜ਼ਿੰਦਗੀ ਐ ਕੋਈ ਖੇਡਾਂ ਨਹੀਂ ਜ਼ਿੰਦਗੀ ਐ ਕੋਈ ਖੇਡਾਂ ਨਹੀਂ ਇੱਕ ਤੂੰ ਤੇ ਤੇਰਾ ਕੈਨੇਡਾ ਨਹੀਂ ਕਿਵੇਂ ਚੰਡੀਗੜ੍ਹ ਨੂੰ ਚੱਲਿਆ ਹਾਂਜੀ ਤੇ ਇਹ ਲਾ ਚੰਡੀਗੜ੍ਹ ਦੇ ਲਾਰੇ ਤੇ ਮੁੰਡੇ ਰਹੇ ਕੁਆਰੇ ਕੀ ਕਿਨਾਂ ਦੱਸੋ ਬਾਬਾ ਜੀ ਕੀ ਖਾਣਾ ਪਸੰਦ ਕਰੋਗੇ ਵਾਸਤੇ ਕੋਈ ਚਟਪਟਾ ਜਾ ਮੈਂ ਚਟਪਟਾ ਸੁਣ ਵੇ ਚਾਚਾ ਸੁਣ ਵੇ ਤਾਇਆ ਸੁਣ ਵੇ ਬਾਬ ਲਾ ਲੋ ਬੀਜੇ ਰੰਗ ਕਾਲਾ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮਿੱਤਰੋ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜਿਸ ਦਾ ਨਾਮ ਹਰਮਨ ਖੋਸਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਕਿ ਸੌਣ ਦਾ ਮਹੀਨਾ ਚੱਲ ਰਿਹਾ ਠੀਕ ਹੈ ਤੇ ਆਪਾਂ ਅੱਜ ਕਢਾਉਣੇ ਜੇ ਬਿਸਕੁਟ ਸੋ ਬਿਸਕੁਟ ਕਢਾਉਣ ਚੱਲੇ ਹਾਂ ਆਪਾਂ ਸਮਾਨ ਸਾਰਾ ਏ ਟੂ ਜ਼ੈਡ ਪੈਕ ਕਰ ਲਿਆ ਜੇ ਇਹ ਆਪਾਂ ਬਿਸਕੁਟ ਕਿਸੇ ਨੂੰ ਦੇ ਕੇ ਨਹੀਂ ਆਉਣੇ ਇਹ ਖਾਣੇ ਘਰੇ ਮੰਮੀ ਦੇ ਕੇ ਤਾਂ ਨਹੀਂ ਨਾ ਆਉਣੇ ਕਿਸੇ ਨੂੰ ਨਹੀਂ ਨਹੀਂ ਜਿਹਨੇ ਦੇਣੇ ਸੀ ਉਹ ਦੇ ਜਾਂਦੇ ਇਹ ਢਿੱਡ 'ਚ ਜਾਣੇ ਬਸ ਡੈਡੀ ਬੜਾ ਖਾਣੇ ਆ ਮੰਮੀ ਲਕੋ ਕੇ ਰੱਖ ਦਿੰਦੇ ਆ ਹਾਏ ਰੈਂਬੋ ਹਾਊ ਆਰ ਯੂ ਲਓ ਵੀ ਡੱਬੇ ਡੁੱਬੇ ਸਾਰੇ ਪੈਕ ਕਰ ਲਏ ਏ ਟੂ ਜ਼ੈਡ ਚਾਰਾਂ ਜੀ ਆਪਣੇ ਕਿੰਨੇ ਕਿਲੋ ਕਢਾਉਣੇ ਮੰਮਾ 6 ਕਿਲੋ ਆ ਰਾਦਾ ਜੇ 7-8 ਕਿਲੋ ਹੋ ਗਏ ਉਹ ਨਹੀਂ ਇੰਨੇ ਕੀ ਕਰਨੇ ਆ ਹੋਣੀ ਆ ਨਾ ਇੰਨੇ ਨਹੀਂ ਕੀ ਕਰਨੇ ਵੇਖੋ ਕਈ 4 ਦਿਨ ਨਹੀਂ ਕੱਢਣੇ ਤੁਸੀਂ ਆਹ ਮਿੱਤਰੋ ਮੈਂ ਤੇ ਮੰਮੀ ਜੀ ਚੱਲੇ ਬਿਸਕੁਟ ਕਢਾਉਣਾ ਆਪਾਂ ਕਢਾ ਕੇ ਲਿਆਉਣੇ ਮੰਮਾ ਕਿੱਦੋਂ ਗੋਗੋਆਣੀਓ ਮਹਾਂ ਟਾਈਮ ਮਿਲਿਆ ਕਿਉਂਕਿ ਸੌਣ ਦੇ ਮਹੀਨੇ 'ਚ ਰਸ਼ ਬੜਾ ਹੋ ਜਾਂਦਾ ਹੋਰ ਹੁਣ ਵੀ ਵਾਰੀ ਰਖਾਈ ਸੀ ਤੇ ਤੂੰ ਤਾਂ ਵੀ ਨਿਕਲਦੇ ਨਕਾਉਂਦੇ ਨੇ ਅੱਧਾ ਘੰਟਾ ਲਾਤਾ ਤੇ ਹੁਣ ਜੇ ਵਾਰੀ ਕਿਸੇ ਦੀ ਆ ਗਈ ਤੇ ਦੁਪਹਿਰੇ ਉੱਥੇ ਬਹਿ ਕੇ ਸਾਰਨਾ ਦੁਪਹਿਰੇ ਨਹੀਂ ਅੱਜ ਆਪਾਂ ਬਿਸਕੁਟ ਕਢਾ ਕੇ ਹਟਾਂਗੇ ਜੋ ਮਰਜ਼ੀ ਹੋ ਜੇ ਲਓ ਵੀ ਮਿੱਤਰ ਪਹੁੰਚ ਚੁੱਕੇ ਅੱਡੇ ਤੇ ਤੇ ਇੱਥੋਂ ਲੈਣਾ ਜੀ ਆਪਾਂ ਸੌਦਾ ਘਿਓ ਘਿਓ ਖੰਡ ਖੁੰਡ ਜੀ 4 ਕਿਲੋ ਲੈ ਆਂਦੀ ਜੇ ਬੂਰਾ ਖੰਡ ਤੇ 3 ਕਿਲੋ ਲੈ ਆਂਤਾ ਜੇ ਘਿਓ ਗਗਨ ਖਾਓ ਗਗਨ ਰਹੋ ਮਗਨ ਤੇ ਕਿੰਨੇ ਕਿਲੋ ਬਿਸਕੁਟ ਕਢਾਉਣੇ ਆ ਮਿੱਤਰੋ ਪਹੁੰਚ ਚੁੱਕੇ ਆ ਬਿਸਕੁਟਾਂ ਵਾਲੀ ਦੁਕਾਨ ਤੇ ਸਮਾਨ ਦੀ ਸਾਰੀ ਸੈਟਲਮੈਂਟ ਕਰਤੀ ਜੇ ਦੇਸੀ ਘਿਓ ਵਾਲੇ ਵੀ ਕਢਾਉਣੇ ਆ ਤੇ ਦੂਸਰੇ ਵੀ ਕਢਾਉਣੇ ਜੇ ਲਓ ਵੀਰੇ ਪਹਿਲਾਂ ਆਪਣੇ ਦੇਸੀ ਘਿਓ ਵਾਲੇ ਪਾਣੇ ਆ ਹਾਂਜੀ ਹਾਂਜੀ ਤਾਂ ਇਹ ਮੜਾ ਚੱਕੋ ਇਧਰੋਂ ਉਹ ਬਰਫ਼ ਜੀ ਦਿਖਾ ਦਈਏ ਲਓ ਵੀ ਇਹਦੇ ਥੱਲੇ ਬਰਫ਼ ਰੱਖੀਏ ਜਿਹੜੇ ਦੇਸੀ ਘਿਓ ਦੇ ਹੁੰਦੇ ਆ ਨਾ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਹੋਣਾ ਕਿ ਉਹਦੇ ਥੱਲੇ ਬਰਫ਼ ਰੱਖਣੀ ਪੈਂਦੀ ਨਹੀਂ ਤੇ ਹੋਰ ਜਿਹਾ ਹੀ ਹੋ ਜਾਂਦਾ ਆ ਲਓ ਵੀ ਮਿੱਤਰੋ ਇੱਧਰ ਮਸ਼ੀਨ ਹੋ ਚੁੱਕੀ ਹੈ ਸ਼ੁਰੂ ਕੰਮ ਕਹਿੰਦੇ ਸਿਰਾ ਹੋਇਆ ਪਿਆ ਮੇਰੇ ਵੀਰੋ ਬਿਸਕੁਟ ਕੱਢ ਲਏ ਆ ਤੇ ਵੀਰੇ ਹੁਣ ਭੱਠ ਵਿੱਚ ਰੱਖਣੇ ਜੇ ਬੇਬੇ ਦੇ ਸੁੱਤਿਆਂ ਸੁੱਤੇ ਹੀ ਆਪਾਂ ਲੈ ਆਏ ਸਮਾਨ ਫਿਰ ਰੋਜ਼ ਬਿਸਕੁਟ ਬੇਬੇ ਦੇ ਸੁੱਤੇ ਪਏ ਆ ਉਹਨਾਂ ਨੂੰ ਉਠਾਇਆ ਨਹੀਂ ਆਏ ਲਓ ਮਿੱਤਰੋ ਬਿਸਕੁਟ ਆਪਣੇ ਤਿਆਰ ਪਰ ਤਿਆਰ ਕਰਤੀਆਂ ਇਹ ਤਿਆਰ ਰੈਡੀ ਸਟੈਡੀ ਰਹਿੰਦੀਆਂ ਵਾਲੇ ਚੱਕ ਦੋ ਫਿਰ ਕੰਮ ਨੂੰ ਤੇ ਘਰੇ ਜਾ ਕੇ ਦਿਖਾਉਣੇ ਆ ਤੇ ਸਾਰੇ ਲਾ ਦੇ ਜਦੋਂ ਖਾਣ ਲੱਗ ਗਏ ਉਦੋਂ ਮੰਟ ਬੇਬੇ ਨੂੰ ਸਰਪ੍ਰਾਈਜ਼ ਹੀ ਮਿਲਣਾ ਹੁਣ ਘਰੇ ਜਾ ਕੇ ਬੇਬੇ ਨੇ ਸ਼ੌਕ ਹੋ ਜਾਣਾ ਵੇਖ ਕੇ ਬਿਸਕੁਟ ਕੀ ਬਾਲਟੀਆਂ ਕੀ ਗੱਤੇ ਦੀਆਂ ਪੇਟੀਆਂ ਭਰੀਆਂ ਪਈਆਂ ਕਿੰਨੀਆਂ ਬਾਲਟੀਆਂ 1 2 3 ਤਿੰਨੀਆਂ ਚਾਰ ਚਾਰ ਇੱਕੋ ਲਕੂ ਕੇ ਅੰਦਰ ਰੱਖੇ ਬਈ ਚਾਰ ਬਾਲਟੀਆਂ ਤੇ ਬੇਬੇ ਨੇ ਵੇਖਣ ਨੂੰ ਜ਼ਿਆਦਾ ਲੱਗਦੇ ਜਦੋਂ ਖਾਣ ਲੱਗ ਗਏ ਵੇਖੀ ਬੇਬੇ ਨੂੰ ਜਾ ਕੇ ਸਰਪ੍ਰਾਈਜ਼ ਦੇਣਾ ਬੇਬੇ ਨੇ ਸ਼ੌਕ ਹੋ ਜਾਣਾ ਬੇਬੇ ਨੇ ਕਹਿਣਾ ਓ ਮਾਈ ਗੋਡ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਪਰ ਔਖਾ ਬਹੁਤ ਆ ਗਰਮੀ ਬਹੁਤ ਆ ਨਾ ਤਾਂ ਕਰਕੇ ਬੇਬੇ ਸੁੱਤੇ ਪਏ ਜਾ ਕੇ ਦੱਸ ਦਿਆਂਗੇ ਬਿਸਕੁਟ ਕਢਾ ਲਿਆਂਦੇ ਆ ਓ ਮਾਈ ਗੋਡ ਮੇਰੀ ਸਵੀਟ ਹਾਰਟ ਸੁੱਤੀ ਪਈ ਬੇਬੇ ਤੇਰੇ ਵਾਸਤੇ ਸਰਪ੍ਰਾਈਜ਼ ਆ ਇੱਕ ਚੰਗਾ ਪੁੱਤ ਦੱਸਾ ਕੀ ਬਿਸਕੁਟ ਕਢਾ ਲਿਆਂਦੇ ਵੇਲਾ ਚੋਰੀ ਚੋਰੀ ਕਢਾ ਲਿਆਂਦੇ ਮੈਨੂੰ ਲੈ ਕੇ ਨਹੀਂ ਗਿਆ ਮੇਰਾ ਗੱਡੀ ਭਾਰ ਨਹੀਂ ਚੱਲਦੀ ਬੇਬੇ ਮੈਂ ਕਿਹਾ ਤੁਸੀਂ ਸੁੱਤੇ ਪਏ ਤੁਸੀਂ ਰੈਸਟ ਕਰ ਰਹੇ ਹੋ ਤਾਂ ਕਰਕੇ ਨਹੀਂ ਰੈਸਟ ਤਾਂ ਰੋਜ਼ ਹੀ ਹੁੰਦੀ ਰਹਿੰਦੀ ਆ ਤੇ ਜੇ ਬਿਸਕੁਟ ਕਢਾ ਲਿਆਉਂਦੀ ਤਾਂ ਫੇਰ ਮੇਰਾ ਕੀ ਹੋ ਜਾਂਦਾ ਬੇਬੇ ਲੈ ਕੇ ਆਂਦੇ ਤੁਹਾਡੇ ਵਾਸਤੇ ਆਪਾਂ ਖਾਣੇ ਗੱਲ ਸੁਣ ਆਪੇ ਪਹਿਲਾਂ ਤੇ ਹੱਥ ਦੇ ਡੀਲ ਡਨ ਕਰੀਏ ਆਪਾਂ ਦੋਵਾਂ ਨੇ ਖਾਣੇ ਦੇਸੀ ਘਿਓ ਵਾਲੇ ਠੀਕ ਹੈ ਛੱਡ ਵੇ ਪਰੇ ਤੂੰ ਗੱਲਾਂ ਜੀਆਂ ਬਾਈਪਾਸ ਦੀਆਂ
ਆਪਾਂ ਖਾਵਾਂਗੇ ਦੇਸੀ ਘਿਓ ਵਾਲੇ, ਬਾਕੀ ਨੂੰ ਆਪਾਂ ਦੇਣੇ ਦੂਸਰੇ। ਸਾਨੂੰ ਤਾਂ ਦੂਜੇ ਹੀ ਚੰਗੇ ਦੇਸੀ ਘਿਓ ਵਾਲਿਆਂ ਨਾਲੋਂ। ਬੇਬੇ ਸੁੱਤੀ ਪਈ ਹੈ, ਕਾਹਦੇ ਲਈ ਡਿਸਟਰਬ, ਕਾਹਦੇ ਲਈ ਡਿਸਟਰਬ ਕਰਨਾ। ਬਿਸਕੁਟ ਲੱਗਦੇ ਪੋਲੇ ਮੇਰਾ ਵੀਰ ਲਿਆ ਗੱਡੀ, ਮੇਰੀ ਧਰਤ ਨਾ ਲੱਗਦੀ ਅੱਡੀ, ਮੈਂ ਵੀ ਬਿਸਕੁਟ ਲੈ ਕੇ ਜਾਣਾ, ਨੀ ਮੈਂ ਤਾਂ ਬਿਸਕੁਟ ਲੈ ਕੇ ਜਾਣਾ, ਮੈਨੂੰ ਨਾਲ ਲੈ ਜਾਓ ਜੀ। ਅੱਛਾ, ਆਦੇ ਕੋਲੋਂ ਬਣਾਈ ਆ ਬੇਬੇ ਨੇ ਬੋਲੀ, ਬੇਬੇ ਨੇ ਆਦੇ ਕੋਲੋਂ ਬਣਾਈ ਆ ਨਾ। ਕਿਵੇਂ ਹੁਣ ਤੂੰ ਕਿਹੜਾ ਮੋਟਾ ਹੋ ਗਿਆ ਬੇਬੇ, ਏਡਾ ਮੋਟਾ ਹੋ ਗਿਆ, ਕੱਲਾ ਬਿਸਕੁਟ ਕਢਾ ਲਿਆ, ਮੈਨੂੰ ਨਾਲ ਨੀ ਲੈ ਕੇ ਗਿਆ, ਰੰਗ ਕਾਲਾ ਸੀ ਤੀਗਾ ਕੂਜ ਤੈਂ ਡੋਬੀ ਰੰਗ ਕਾਲਾ ਸੀ। ਏਦਾਂ ਨੀ ਕਹਿਣਾ ਬੇਬੇ, ਰੰਗ ਦੋ ਹੀ ਹੁੰਦੇ ਆ, ਇੱਕ ਚਿੱਟਾ ਕਾਲਾ, ਰੰਗ ਤੇ ਦੋ ਹੀ ਆ, ਠੀਕ ਹੈ ਨਾ। ਦਿਲ ਸਾਫ ਰੱਖੋ, ਜੋ ਮੇਰਾ ਜਮਾ ਸਾਫ ਆ, ਠੀਕ ਆ, ਸਾਫ ਆ ਨਾ। ਹਾਂ, ਪੌਣੀ ਨਾਲ ਆਪੋ ਤੋਂ ਪੁਣਿਆ। ਜੇ ਮਾਪਿਓ ਤੁਸੀਂ ਧੀਆਂ ਬੇਜਮੀਆਂ, ਨੇੜੇ ਨੇੜੇ ਵਿਆਹ ਕਰੋ, ਵੇ ਡੁੱਬ ਜਾਣੀਆਂ ਦੀ ਖਬਰ ਲਿਆਇਆ ਕਰੋ, ਵੇ ਡੁੱਬ ਜਾਣੀਆਂ ਦੀ ਖਬਰ ਲਿਆਇਆ। ਚੰਡੀਗੜ੍ਹ ਬੇਬੇ ਹੋਰ ਹੀ, ਬੇਬੇ ਪਹਿਲਾਂ ਵਾਲੇ ਜਮਾਨੇ ਨਹੀਂ ਰਹੇ, ਅੱਜ ਕੱਲ ਹਾਂ ਭੂਆ ਕੈਨੇਡਾ ਗਈ ਹੋਈ ਆ, ਭੂਆ ਨੇ ਵੀ ਆਉਣਾ। ਕਿਵੇਂ ਚੰਡੀਗੜ੍ਹ? ਹਾਂਜੀ, ਗੱਡੀ ਚਲਾਉਣੀ ਸਿੱਖ ਲੋ, ਸਵਿਫਟ ਖੜੀ ਹੁੰਦੀ ਆ। ਆ ਜਾਓ ਬੇਬੇ, ਠੀਕ ਆ। ਲਓ ਵੀ ਮਿੱਤਰੋ, ਪੈਕਿੰਗ ਆਪਾਂ ਕਰ ਲਈਏ, ਦੋ ਰੱਖ ਲਈਆਂ ਜੇ ਸ਼ਰਟਾਂ ਤੇ ਬਾਕੀ ਕੱਪੜੇ ਕੁਪੜੇ। ਹਾਂਜੀ, ਮੇਰੇ ਟੈਂਕੀ ਕੇਸ ਤੂੰ ਫੜ ਵੇ, ਮੈਂ ਜਾ ਜੋ ਉਤਰੀ। ਆਏ ਆਏ, ਤੈਨੂੰ ਬੇਬੇ ਆਸਟ੍ਰੇਲੀਆ ਲੈ ਕੇ ਜਾਊਂ, ਚੰਗਾ ਵਾਅਦਾ ਰਿਹਾ ਤੇਰੇ ਨਾਲ, ਆਸਟ੍ਰੇਲੀਆ ਜਾਊਂਗੇ। ਇੱਕ ਮੇਰੀ ਪੁੱਤ ਗੱਲ ਸੁਣ ਲਾ। ਹਾਂਜੀ, ਪਹਿਲਾਂ ਤੂੰ ਚੰਡੀਗੜ੍ਹ ਦਾ ਤਾਂ ਪਜਾ ਦੇ, ਪਗਾ ਦੇ ਪਹਿਲਾਂ, ਤੇ ਫਿਰ ਆਸਟ੍ਰੇਲੀਆ ਦਾ ਵੀ ਪਗਾ ਦੇ। ਨਹੀਂ ਨਹੀਂ ਯਾਰ, ਚੰਡੀਗੜ੍ਹ ਵੀ ਲੈ ਕੇ ਜਾਣਾ ਅਗਲੀ ਵਾਰੀ, ਤੁਸੀਂ ਤੇ ਮੰਮੀ ਨੀ ਜਾਣਾ ਹੈ। ਯਾਰ ਕੀ ਮੈਨੂੰ ਕੰਮ ਆ, ਰਾਣੀ ਸੁੰਦਰ ਆਪਾਂ ਆਪਦੀ ਕੱਢ ਲਈਏ, ਤਿਆਰੀਆਂ ਠੀਕ ਆ। ਕਈ ਦਾ ਹੁੰਦਾ ਪੁੱਤ ਧਿਆਨ ਨਾ ਜਾਈ, ਇੱਕ ਗੱਲ ਤੇ ਰਹਿ ਗਏ, ਦਰਾਏ ਵਾਲੇ ਫਾਟਕਾਂ ਤੇ ਖੜੇ ਸੀ ਤੇ ਉਹ ਬਾਪੂ ਜੀ ਜਾ ਰਹੇ, ਉਹਨਾਂ ਤੋਂ ਆਪਾਂ ਦੋ ਪੈਕਟ ਲੈ ਲੇ। ਬਾਕੀ ਜੇ ਕੋਈ ਮੰਗਦਾ ਹੁੰਦਾ, ਆਪਦੀ ਆਪਦੀ ਸ਼ਰਤ ਹੁੰਦੀ ਆ, ਕਈ ਤੇ ਉਂਝ ਹੀ ਮੰਗਦੇ ਫਿਰਦੇ ਆ, ਉਹਨਾਂ ਨੂੰ ਦੇਣ ਨਾਲ ਉਹ ਜਿਹੜੇ ਆ ਜਿਵੇਂ ਹੁਣ ਬਜ਼ੁਰਗ ਆ ਵਿਚਾਰੇ, ਸਾਰਾ ਦਿਨ ਲੱਗੇ ਰਹਿੰਦੇ ਹਨਾ ਧੁੱਪੇ, ਉਹਨਾਂ ਤੋਂ ਲੈ ਲਿਆ ਕਰੋ। ਮੈਂ ਬੜੇ ਥਾਵਾਂ ਤੇ ਵੇਖੇ ਕਈ ਵਿਚਾਰੇ ਮਰੂੰਡਾ ਲੈ ਕੇ, ਕੋਈ ਚੀਜ਼ ਲੈ ਲਿਆ ਕਰੋ, ਭਾਵੇਂ ਦਸਾਂ ਦੀ ਲਿਆ ਕਰੋ, ਭਾਵੇਂ ਵੀਹਾਂ ਦੀ, ਪਰ ਲੈ ਲਿਆ ਕਰੋ, ਵਿਚਾਰੇ ਸਾਰਾ ਦਿਨ ਧੁੱਪੇ ਲੱਗੇ ਰਹਿੰਦੇ ਆ। ਹਾਂਜੀ, ਸੋ ਲਓ ਵੀ ਮਿੱਤਰੋ, ਚੰਡੀਗੜ੍ਹ ਪਹੁੰਚ ਚੁੱਕੇ ਹਾਂ, ਸੋ ਕੱਲ੍ਹ ਸ਼ਾਮ ਨੂੰ ਪਹੁੰਚ ਗਏ ਸੀ, ਸੋ ਹੁਣ ਗੱਲ ਹੋਈ ਆ ਵੀਰੇ ਉਹਨਾਂ ਨਾਲ, ਹਿੰਮਤ ਵੀਰੇ ਹੋਣੀ ਘਰੇ ਆ ਰਹੇ ਆ, ਸੋ ਇੱਥੋਂ ਪਿੱਕ ਕਰਨਗੇ, ਫਿਰ ਆਪਾਂ ਵੀਰੇ ਨਾਲ ਜਾਵਾਂਗੇ, ਗੱਲਾਂ ਬਾਤਾਂ ਕਰਾਂਗੇ ਦਿਲ ਦੀਆਂ, ਅਤੇ ਵਧੀਆ ਗੱਲਾਂ ਬਾਤਾਂ ਕਰਾਂਗੇ ਵਧੀਆ ਲੈਵਲ ਦੀਆਂ। ਸੋ ਵੀਰੇ ਹੋਣੀ ਆ ਰਹੇ ਆ, ਵੇਟ ਕਰ ਰਹੇ ਹਾਂ ਆਪਾਂ। ਆ ਜੇ ਸਾਡਾ ਪਿਆਰਾ ਜਿਹਾ ਘਰ ਚੰਡੀਗੜ੍ਹ ਵਾਲਾ, ਦੇਖੋ ਕਿੰਨਾ ਵਧੀਆ ਮਾਹੌਲ ਜੀ ਇੱਥੋਂ ਦਾ। ਲਓ ਵੀ ਮਿੱਤਰੋ, ਵੀਰੇ ਹੋਣੀ ਆ ਗਏ ਜੀ, ਆ
बाबा जी इत गंद नहीं पाना मैं सिंगर रो जो फोन कर मावी वीरा लैन आंदा या मावी वीरा छड़न आंदा किधर नु चाले पौने वीरे तुसीं दसो किधर जाणा खालिया रोड देखो बाबा जी केड़े पासे जाणा जे दसो पहलो मैं ना खालिया रोड खालिया रोड बाबा रोड कादा जेड़ा खाली होया नाना मोहाली झंडी खेड़ दा खाली रोड देखो देख दो वीरे आ गए जे पिंड तो किदन आए सच बाबा जी ने भी एरकी स्टोरियां वेखियां फुल काम कराया इटा चक चक के सिटिया पहली गड्डी केड़ी लई आपां सब तो पहली लई स्विफ्ट अच्छा करी खलोती है घर दे चलाउंदे आ नूं अच्छा जेड़ी तुसीं आप लई सी खुशी भी बड़ी होगी जो नवा गाना पहला गाना हिट हो गया मेनू लगता कोई वेला बंदा होना जिन्हें नहीं सुने होना बल्कि सारे ने सुने खाली रोड लो ट्रैफिक चार वीर होर सी अंदर पछाण रूबी कौन है बारो हो कोई लगता है मिट्टी ना टक्की गई सारा वेलो वीरे किन्ने दिन का प्रोग्राम बनाई जाते मिलते हैं मिलते हैं सारियां दिल दी आपां गल्लां बातां कर रहियां जी ठीक है बड़े लोकां दे वी सवाल होणगे क्वेश्चन होणगे हुण तक टोटल अपने किन्ने क गाने आ चुके आ टोटल गाने यार एक दिन बाबा तू लिस्ट जी डिया बना के भेजे पता नहीं किसी काम लिए चाहिए थे सी गाने हां जी ते 100 टपा ते अपनी सेट पा दे 100 है ईपियां तो पहला मैं गणे ही ते दो ईपियां तो पहला गणे ही ते 100 टप के 112 पूरा मेरे हिसाब ना हो गए हां हुन दो ईपियां अच्छा 112 गाने हुन टोटल 120 हो गए हुन हुन दो ईपियां बाद आ गईयां वहां और भी गाने आ गए आ ओके 100 दे नेड़े आ गए तोड़ा भला हो जाए फिर भी बड़ी बड़ी गल आ मेरी मासी का मुंडा मसेर है
ਵੀਰੇ ਦੀ ਮਾਸੀ ਜੀ ਦੇ ਲੜਕੇ ਨੇ, ਧਿਆਨ ਨਾਲ ਵੇਖੋ ਗੌਰ ਨਾਲ ਇਸ ਸ਼ਖਸ ਨੂੰ। ਮੁੰਡਾ ਮਾਸੀ ਦਾ, ਮੁੰਡਾ ਮਾਸੀ ਦਾ। ਵੀਰੇ ਕੋਈ ਗਾਣਾ ਹੋ ਜੇ, ਚੱਲਦੇ ਚੱਲਦੇ। ਤੇਰੇ ਸੂਟ ਸੰਤਰੀ ਦੱਸਦੇ ਨੇ ਮੇਰਾ ਪਿਆਰ ਫਿੱਕਾ ਨਹੀਂ ਹੋ ਸਕਦਾ, ਗ੍ਰੀਨ ਕਲਰ ਦੇ ਡਾਲਰ ਲਈ ਮੇਰਾ ਖੂਨ ਚਿੱਟਾ ਨਹੀਂ ਹੋ ਸਕਦਾ, ਜਿਹੜੀ ਸ਼ਿਫਟਾਂ ਪਿੱਛੇ ਰੋਲ ਦਈਏ ਸਾਲੀ ਜ਼ਿੰਦਗੀ ਐ ਕੋਈ ਖੇਡਾਂ ਨਹੀਂ, ਜ਼ਿੰਦਗੀ ਐ ਕੋਈ ਖੇਡਾਂ ਨਹੀਂ, ਇੱਕ ਤੂੰ ਤੇ ਤੇਰਾ ਕਨੇਡਾ ਨਹੀਂ, ਦੋਨੋਂ ਜੱਟ ਨਾਲ ਚੱਲਦੇ ਟੇਡਾ ਨਹੀਂ, ਜੱਟ ਨਾਲ ਚੱਲਦੇ ਟੇਡਾ ਨਹੀਂ। ਵਾਹ ਜੀ ਵਾਹ, ਕਿਆ ਬਾਤ ਆ, ਬੜਾ ਹੀ ਸੋਹਣਾ ਗਾਣਾ। ਵੀਰੇ ਹੁਣ ਗਾਣੇ ਆਏ ਆ ਨਾ, ਕੱਲ ਆਏ ਆ, ਪਹਿਲਾਂ ਦੋ ਈਪੀਆਂ ਆਈਆਂ, ਉਹਨਾਂ ਦਾ ਵੀ ਰਿਸਪੌਂਸ ਬੜਾ ਘੈਂਟ ਰਿਹਾ। ਮੈਨੂੰ ਪਤਾ ਦੋ ਗਾਣੇ ਤੁਹਾਡੇ ਬਾਹਲੇ, ਗਾਣੇ ਤੁਹਾਡੇ ਸਾਰੇ ਘੈਂਟ ਆ, ਪਰ ਦੋ ਗਾਣੇ ਬਾਹਲੇ ਘੈਂਟ ਲੱਗਦੇ, ਇੱਕ ਹੈਗਾ ਆਹੀ ਗੱਲ ਤੇ ਇੱਕ ਹੈਗਾ 1984। ਉਹ ਜਿੱਦਾਂ ਤੁਸੀਂ ਲਾਈਵ ਵੀਰੇ ਦਾ, ਜੇ ਤੁਸੀਂ ਲਾਈਵ ਸੁਣ ਲਿਆ ਨਾ 1984 ਗਾਣਾ, ਤੁਸੀਂ ਕਹਿਣਾ ਇਹੋ ਜੀ ਗੱਲਬਾਤ ਐਂਡ ਕਰਾਇਆ ਪਿਆ ਜੇ। ਵੀਰੇ ਆਪਾਂ ਗਾਇਆ ਸੀ ਉਦੋਂ ਮਖੂ, ਆਪਾਂ ਇਕੱਠੇ ਗਏ ਸੀ, ਹਾਂ ਉਦੋਂ ਮਖੂ ਲਾਈਵ ਸ਼ੋਅ ਤੇ ਗਾਇਆ, ਸਿਰਾ ਹੀ ਕਰਾਤਾ 1984। ਆ ਵੀ ਗਾਣਾ ਬੜਾ ਘੈਂਟ ਜੇ ਵੀਰੇ, ਜਿਹੜਾ ਹੁਣ ਗਾਣਾ ਸੁਣਾਇਆ ਇਹ ਨਵੀਂ ਈਪੀ ਦੇ ਨਾ ਗਾਣੇ ਆ ਜਿਹੜੇ ਸਿੰਗਲ ਸਿੰਗਲ ਕੀਤੇ, ਜਿਹੜਾ ਹੁਣੇ ਸੁਣਾਇਆ, ਹਾਂ ਜਿਹੜਾ ਕੈਨੇਡਾ ਵਾਲਾ ਸੁਣਾਇਆ, ਇਹ ਦੋ, ਇਹ ਤੇ ਬਾਲਾ ਘੈਂਟ ਗਾਣਾ ਜੇ, ਇਹ ਦੋ ਇਕੱਠੇ ਰਿਲੀਜ਼ ਕੀਤੇ ਆ ਗਾਣੇ, ਇੱਕ 5 PM ਇੱਕ 5 PM ਤੇ ਇੱਕ ਆ ਤੇਰਾ ਕੈਨੇਡਾ ਤੇ ਇੱਕ। ਵੀਰੇ ਤੁਸੀਂ ਉਦੋਂ ਗੱਲ ਕਰਦੇ ਪਏ ਸੀ ਡ੍ਰੀਮ ਪ੍ਰੋਜੈਕਟ, ਉਹ ਕਦੋਂ ਆ ਰਹੇ ਆ? ਉਹ ਡ੍ਰੀਮ ਪ੍ਰੋਜੈਕਟ ਉਹਦੇ ਚ ਗਾਣਾ ਆ ਪਹਿਲਾਂ। ਈਪੀ ਕਦੋਂ ਆ ਰਹੀ ਹੈ ਵੀਰੇ? ਈਪੀ ਆ ਕੇ ਆਗਸਟ ਚੱਲਣ ਦਿਆ, ਹਾਂਜੀ ਹਾਂਜੀ, ਇਹ ਤੇ ਲਾਸਟ ਵੀਕ ਰਿਲੀਜ਼ ਹੋ ਜੂਗੀ। ਅੱਛਾ, ਲਾਸਟ ਸਾਡਾ ਪਲਾਨ ਆ, ਬਾਕੀ ਰੱਬ ਦੇ ਬਾਣੇ ਅੱਗੇ ਪਿੱਛੇ ਨਾ ਕੁਝ ਹੋ ਜੇ। ਅੱਛਾ, ਤੇ ਉਹ ਡ੍ਰੀਮ ਪ੍ਰੋਜੈਕਟ ਦੀ ਗੱਲ ਜਿਹੜੀ ਆ ਉਹ ਗਾਣਾ ਆ ਉਹਦੇ ਚ ਇੱਕ, ਤੇ ਐਵੀ ਵੀਰੇ ਨੇ ਬਣਾਇਆ, ਐਵੀ ਸਰਾ ਵੀਰੇ ਨੇ, ਉਹ ਮਤਲਬ ਸਿੰਗਰ 1.5 ਸਾਲ ਹੋ ਗਿਆ ਬਣਾਇਆ, 1.5 ਸਾਲ ਹੋ ਗਿਆ ਉਹ ਗਾਣਾ। ਇਹੀ ਸਿੰਗਰ ਹੋਣੀ ਵੀ ਐਵੀ ਵੀਰਾ ਵੀ ਬੜਾ ਜ਼ੋਰ ਲਾਉਂਦੇ ਯਾਰ, ਰਿਲੀਜ਼ ਕਰਦੇ ਰਿਲੀਜ਼ ਕਰਦੇ, ਪਰ ਮੇਰੇ ਅੰਦਰ ਕੁਛ ਕਰੀਜਾਂ ਸੀਗੀਆਂ ਵੀ ਇਸ ਗਾਣੇ ਨੂੰ ਜਦੋਂ ਵੀ ਰਿਲੀਜ਼ ਕਰਨਾ ਤੇ ਮੈਂ ਉਸ ਪਲਾਨ ਨਾਲ ਹੀ ਹਾਂ ਕਿ ਮੋਡੀਫਾਈ ਕਰਕੇ ਜਾਂ ਉਸ ਤਰੀਕੇ ਨਾਲ ਲਿਰਿਕਲੀ ਦਇਆ ਵੀਰ ਨੇ ਉਹਦਾ ਮਤਲਬ ਬਾ ਕਮਾਲ। ਅੱਛਾ, ਮਤਲਬ ਉਹ ਤੇ ਜਿਹੜਾ ਦੋ ਗਾਣੇ ਉਦੋਂ ਤੋਂ ਹੀ ਸੁਣਾਏ ਸੀ ਜਿਹੜੇ ਤੁਸੀਂ ਕਹਿੰਦੇ ਇਹ ਈਪੀ ਜੀ ਪਾਉਣੇ ਆ, ਉਹ ਤੇ ਬਾਹਲੀਆਂ ਘੈਂਟ ਚੀਜ਼ਾਂ ਨੇ, ਨੈਕਸਟ ਲੈਵਲ। ਮਤਲਬ ਮਿੱਤਰੋ ਤੁਹਾਨੂੰ ਦੱਸ ਧਮਾਕੇ ਆਉਣੇ, ਆਹ ਜਿਹੜੇ ਗਾਣੇ ਤਾਂ ਸੁਣੇ ਹੋਏ ਆ ਇਹ ਇੱਕ ਸਾਈਡ ਤੇ ਆ, ਤੇ ਜਿਹੜਾ ਨਵਾਂ ਪ੍ਰੋਜੈਕਟ ਆ ਰਿਹਾ, ਨਵੀਂ ਈਪੀ ਆ ਰਹੀ ਆ, ਉਹ ਧਮਾਕੇ ਹੀ ਆ, ਸਿਰਾ ਹੀ ਆਉਣਾ ਬਸ, ਇਹਨਾਂ ਤੋਂ ਵੀ ਨੈਕਸਟ ਲੈਵਲ ਚੀਜ਼ਾਂ ਆ। ਉਸ ਈਪੀ ਦੇ ਵਿੱਚ ਕੀ ਕਹਿ ਸਕਦੇ ਆ ਕਿ ਤੁਹਾਨੂੰ ਇੱਕ ਨਵਾਂ ਹਿੰਮਤ ਸੰਧੂ ਵੇਖਣ ਨੂੰ ਮਿਲੂਗਾ, ਨਵਾਂ ਨਵੀਆਂ ਚੀਜ਼ਾਂ। ਨਹੀਂ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਵੀਰੇ, 1.5 ਸਾਲ ਲੱਗ ਗਿਆ ਵੀਰੇ ਦੇਖੋ ਚੀਜ਼ਾਂ ਪਲਾਨ ਕਰਦੇ। ਅੱਛਾ, 1.5 ਸਾਲ ਐਵੇਂ, ਤਾਂ ਤਾਂ ਹੀ ਫਿਰ ਨਾਂ ਦਿੱਤਾ ਨਾ ਡ੍ਰੀਮ ਪ੍ਰੋਜੈਕਟ। ਨਹੀਂ ਨਹੀਂ ਕੋਈ ਉਹ ਚੀਜ਼ ਨੂੰ ਬਣਾਉਂਦੇ ਆ 1.5 ਸਾਲ ਲੱਗ ਗਿਆ, ਗਾਣਾ ਆਡੀਓ ਆਪਦੇ ਉਹਨੇ ਕਿ ਟਾਈਮ ਚ ਬਣ ਗਿਆ, ਤੇ ਵੀਡੀਓ ਦੀ ਮੈਂ ਕੁਛ ਉਹੋ ਜਿਹੀ ਕਰਨਾ ਚਾਹੁੰਦਾ ਸੀਗਾ ਕਿਉਂਕਿ ਉਹ ਗਾਣਾ ਆਡੀਓ ਬਹੁਤ ਸਪੈਸ਼ਲ ਆ, ਤੇ ਉਹ ਹੁਣ ਜਿੱਦਾਂ ਮੈਂ ਪਿੱਛੇ ਜੀ ਕੈਨੇਡਾ ਗਿਆ ਸੀ ਤੇ ਉੱਥੇ ਜਾ ਕੇ ਬਲਜੀਤ ਦਿਓ ਭਾਜੀ ਨਾਲ ਮੈਂ ਵੀਡੀਓ ਕੀਤੀ ਆ, ਤੇ ਉਹ ਕਿਆ ਬਾ ਕਮਾਲ ਕਨਸੈਪਟ ਸਟੋਰੀ, ਬਹੁਤ ਜ਼ਿਆਦਾ ਸੋਹਣਾ, ਤੇ ਜਿੱਦਣ ਉਹ ਆਇਆ ਪਰ ਮਤਲਬ ਮੇਰੇ। ਚਲੋ ਵਾਹਿਗੁਰੂ ਜੀ ਤੁਹਾਡੀ ਮਿਹਨਤ ਨੂੰ ਭਾਗ ਲਾਉਣ, ਬਾਕੀ ਵੀਰੇ ਤੁਹਾਡੀ ਆਵਾਜ਼ 'ਚ ਬੜੀ ਕਲਾ ਆ, ਇਹ ਕਿਸੇ ਕਿਸੇ ਨੂੰ ਹੀ ਮਿਲਦੀ ਆ, ਬੜੀ ਘੈਂਟ ਆਵਾਜ਼। ਬਾਕੀ ਵੀਰੇ ਇੱਕ ਮੈਂ ਗੱਲ ਹੋਰ ਪੁੱਛਣੀ ਸੀ, ਅੱਜ ਕੱਲ੍ਹ ਆਪਣੇ ਬੜੇ ਵੀਰਾਂ ਭੈਣਾਂ ਭਰਾਵਾਂ ਨੂੰ ਹੈਗਾ ਕਿ ਅਸੀਂ ਸਿੰਗਰ ਬਣਨਾ ਆ, ਜਿਹੜੇ ਨਵੇਂ ਉੱਠ ਰਹੇ ਆ, ਠੀਕ ਆ, ਤੇ ਤੁਹਾਡੇ ਹਿਸਾਬ ਨਾਲ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਸਟੈਪ ਬਾਏ ਸਟੈਪ ਕਿਵੇਂ ਕੀ ਕਰਨਾ ਚਾਹੀਦਾ ਆ? ਅੱਜ ਕੱਲ੍ਹ ਮੈਨੂੰ ਲੱਗਦਾ ਕਿ ਥੋੜ੍ਹਾ ਜਿੱਦਾਂ ਈਜ਼ੀ ਹੋ ਗਿਆ ਗਾਣੇ ਕਰਨੇ, ਬਹੁਤ ਈਜ਼ੀ, ਵੈਰੀ ਈਜ਼ੀ ਹੋ ਗਿਆ ਹੈ ਨਾ ਸਿੰਗਰ, ਅਤੇ ਹੁਣ ਜਿਵੇਂ ਸਿੰਗਰ ਵੀ ਆ, ਇਹ ਵੀ ਮਤਲਬ ਸਾਡੇ ਵਾਲੇ ਟਾਈਮ 'ਚ ਹੀ ਆ ਕਿ ਹੁਣ ਸਾਡੇ ਵੀ ਸਾਡਾ ਸਿੰਗਰ ਵੀਰ ਆ ਹਰਸ਼ ਗਿੱਲ, ਇਹਦਾ ਜਿਹੜਾ ਅਸਲੀ ਨਾਮ ਆ ਇਹਨੂੰ ਸਿੰਗਰ ਹੀ ਕਹਿੰਦੇ ਆ, ਸਿੰਗਰ ਹੀ ਕਹਿੰਦੇ ਆ, ਸਿੰਗਰ ਕਹਿੰਦਾ ਵਾ ਮੈਨੂੰ, ਕਹਿੰਦੇ ਸਿੰਗਰ ਆ, ਸਿੰਗਰ ਹੀ ਕਹੀਦਾ ਆ, ਹਰਸ਼ ਵੀ ਗਾਉਂਦਾ ਬਹੁਤ ਸੋਹਣੀ ਆਵਾਜ਼ ਆ, ਤੇ ਅੱਗੇ ਦੋ ਗਾਣੇ ਰਿਲੀਜ਼ ਹੋਏ ਨਾ ਤੇਰੇ,
ਦੋ ਗਾਣੇ ਹੋ ਗਏ ਸੀ ਇੱਕ ਆਪਣਾ ਕਿਸਾਨੀ ਸੰਘਰਸ਼ ਹਾਂ ਹੋਰ ਅੱਗੇ ਇਹ ਵੀ ਡੇ ਈਪੀ ਓਪੀ ਕਰ ਲੈ ਇੱਧਰ ਵੀ ਈਪੀ ਆ ਰਹੀ ਆ ਈਪੀ ਹੀ ਆਉਣੀ ਈਪੀ ਈਪੀ ਹੋਈ ਪਈ ਮੇਰੇ ਵੀਰੋ ਅੱਗੇ ਟੋਆ ਜੇ ਧਿਆਨ ਨਾਲ ਗੱਡੀ ਟੋਏ ਤੇ ਨਾ ਚੜ ਜੇ ਆਪਾਂ ਕਿੱਥੇ ਜੀ ਮੈਂ ਗੱਲ ਭੁੱਲ ਗਿਆ ਹੋਈ ਕੀ ਕੀ ਕਿਵੇਂ ਕਿਵੇਂ ਕਰ ਸਕਦੇ ਜਿਹੜੇ ਨਵੇਂ ਆ ਰਹੇ ਵੀ ਹੁਣ ਤਾਂ ਸੁਣਨ ਵਾਲੀ ਗੱਲ ਜੇ ਸੁਣੋ ਤਾਂ ਕੁਝ ਔਖਾ ਹੈ ਨਹੀਂ ਐਡਾ ਮੇਰੇ ਹਿਸਾਬ ਨਾਲ ਹੁਣ ਇਹਨਾਂ ਕਿ ਧਿਆਨ ਰੱਖਣਾ ਪੈਂਦਾ ਕਿ ਜੇ ਆਪਾਂ ਨੂੰ ਅੱਜ ਕੱਲ ਦੇ ਸਿਸਟਮ ਜਿਹਨਾਂ ਵਧੀਆ ਬੋਲਣਾ ਆਉਂਦਾ ਉਹ ਵਧੀਆ ਗੱਲ ਹੈ ਹਨਾ ਸਾਡੇ ਟਾਈਮ ਤੇ ਲੋਡ ਹੁੰਦਾ ਸੀ ਇਹਨਾਂ ਚੀਜ਼ਾਂ ਦਾ ਕਿ ਯਾਰ ਅਸੀਂ ਪਹਿਲਾਂ ਸਿੱਖਣਾ ਪੈਂਦਾ ਵੀਰੇ ਹੋਣੀ 2200 ਪੰਜਾਬ ਚ ਆਏ ਅੱਜ ਕੱਲ ਕੁਛ ਔਖਾ ਨੀ ਜੀ ਆਪਾਂ ਨੂੰ ਗਾਉਣਾ ਆਉਂਦਾ ਆ ਬਸ ਮੇਨ ਧਿਆਨ ਇਹੀ ਰੱਖਣਾ ਪੈਂਦਾ ਕਿ ਲਿਰਿਕਸ ਵਧੀਆ ਹੋਣ ਕੰਪੋਜੀਸ਼ਨ ਵਧੀਆ ਬਣ ਜੇ ਤੇ ਉਹਦਾ ਬਾਅਦ ਚ ਮਿਊਜ਼ਿਕ ਵਧੀਆ ਬਣ ਜੇ ਵੀਡੀਓ ਦਾ ਵੀ ਹੁਣ ਕੋਈ ਏਡਾ ਰੌਲਾ ਨਹੀਂ ਕਿਉਂਕਿ ਸੁਣ ਕੇ ਸਵਾਦ ਆਵੇ ਬਸ ਬਸ ਦੈਟਸ ਇਟ ਇੰਨਾ ਕੀ ਮੁੱਦਾ ਵਾਈਬ ਜੀ ਦਾ ਮੁੱਦਾ ਰਹਿ ਗਿਆ ਹੁਣ ਬਿਲਕੁਲ ਤੇ ਹਾਂ ਬਾਕੀ ਕਾਲੀ ਅੱਗੇ ਟੋਏ ਕਾਲੀ ਨਹੀਂ ਕਰਨੀ ਕਾਲੀ ਨਹੀਂ ਟਾਈਮ ਲੱਗ ਜੇ ਕਰੋ ਚੀਜ਼ ਵਧੀਆ ਭਾਵੇਂ ਵੱਧ ਟਾਈਮ ਲੱਗ ਜੇ ਅਸੀਂ ਬਹੁਤ ਕਾਲੀਆਂ ਕੀਤੀਆਂ ਪਹਿਲਾਂ ਏਡੇ ਯਾਰ ਮਤਲਬ ਅਗਰੈਸਿਵ ਹੋਈਦਾ ਸੀ ਚੀਜ਼ ਬਣ ਜਾਣੀ ਤੇ ਉਹ ਕੋਲ ਪਈ ਭੈੜੀ ਲੱਗੀ ਜਾਣੀ ਵੀ ਇਹਨੂੰ ਕੱਢ ਦਈਏ ਬਿਨਾਂ ਕਿਸੇ ਪਲਾਨ ਤੋਂ ਰਿਲੀਜ਼ ਕਰੀ ਜਾਣੇ ਹੁਣ ਜਿਵੇਂ ਇਹ ਆ ਵੀ ਟਾਈਮ ਦੋ ਹਰ ਚੀਜ਼ ਨੂੰ ਬਸ ਬਿਲਕੁਲ ਸਹੀ ਗੱਲ ਟਾਈਮਿੰਗ ਮੇਨ ਹੈ ਜਿਹੜੇ ਕਹਿੰਦੇ ਨਾ ਰੈਂਗਲਰ ਲੈਣੀ ਆ ਐਵਰੇਜ ਦੇਖ ਲਓ ਸ਼ੇਰ ਹੀ ਦਿੰਦੀ ਪਈ ਜੇ ਖੁਸ਼ ਜੇ ਐਵਰੇਜ ਤੋਂ ਤੁਸੀਂ ਬੇਸ ਤੋਂ ਨਹੀਂ ਲੱਗ ਰਿਹਾ ਹਾਥੀ ਲੈ ਲਿਆ ਤੇ ਹੁਣ ਰੱਖਣਾ ਪੈਣਾ ਇਹਨੂੰ ਖਵਾਉਣਾ ਪੈਣਾ ਜੇ ਸਾਡੇ ਬਾਬਿਆਂ ਦਾ ਸਕੂਲ ਕਰਕੇ ਤਾਂ ਥੋੜਾ ਜਿਹਾ ਸਟ੍ਰਿਕਟ ਸੀਗਾ ਮੈਂ ਵੀਰੇ ਤੁਹਾਨੂੰ ਪਤਾ ਛੋਟਾ ਹੁੰਦਾ ਅਸੀਂ ਕੁਸ਼ਰੀਆਂ ਕਰਦੇ ਸੀ ਮੈਨੂੰ ਬਹੁਤ ਸਵਾਦ ਆਉਂਦਾ ਕੁਸ਼ਰੀ ਗਾਉਣ ਹਰਮਨ ਢੱਡ ਬਹੁਤ ਸੋਹਣੀ ਪੰਜਾਬੀ ਸੱਚੀ ਇਹ ਦੱਸਦਾ ਨਹੀਂ ਲੈ ਗੁਰੂ ਸਾਡਾ ਵੀ ਬਾਬੇ ਵਾਲਾ ਸਕੂਲ ਹੁੰਦਾ ਸੀ ਉੱਥੇ ਅਸੀਂ ਕੁਸ਼ਰੀਆਂ ਗਾਉਂਦੇ ਹੁਣ ਜਿਵੇਂ 1984 ਆ ਜਿਹੜਾ ਹਨਾ ਆਪਣਾ ਗੀਤ ਉਹਨੂੰ ਹੁਣ ਕੁਸ਼ਰੀ ਰੰਗ ਚ ਗਾਇਆ ਉਹ ਮੇਰੀ ਰੀਝ ਹੀ ਸੀ ਇਹਨੂੰ ਬਣਾਉਣਾ ਹੀ ਐਵੇਂ ਆ ਨਹੀਂ ਨਹੀਂ ਉਹ ਤੇ ਕਿਤੇ ਲਾਈਵ ਵੇਖਿਓ ਵੀਰੇ ਦਾ ਕੋਈ ਵੀ ਲਾਈਵ ਸ਼ੋਅ ਵੇਖਿਓ ਜਿੱਥੇ 1984 ਸੌਂਗ ਆਇਆ ਹੋਵੇ ਇੰਨਾ ਕੁ ਸਵਾਦ ਆਉਂਦਾ ਗਾਉਣ ਚ ਇੰਨਾ ਕੁ ਸਵਾਦ ਪੂਰਾ ਫੀਲਿੰਗ ਨਾਲ ਭਰਿਆ ਹੋਇਆ ਗਾਣਾ ਵੀਰੇ ਉਹ ਜਿਹੜਾ ਆਪ ਵੀ ਗਾਉਂਦੇ ਆ ਨਾ ਜਿੰਨੀ ਵਾਰੀ ਵੀ ਗਾਉਣਾ ਸਟੇਜ ਤੇ ਤੇ ਆ ਲੋਕ ਗੰਡੇ ਖੜੇ ਹੁੰਦੇ ਆ ਐਵਰੀ ਟਾਈਮ ਮੈਂ ਕਈ ਵਾਰੀ ਬਾਬੇ ਅੱਗੇ ਉਹਨੂੰ ਪਿੱਛੇ ਇਸ਼ਾਰਾ ਵੀ ਕਰ ਦਉਂਦਾ ਆ ਵੀ ਆ ਵੇਖ ਐਵੇਂ ਹੱਥ ਦੇ ਵਾਲ ਖਾ ਇਹ ਗਾਣਾ ਵੀਰੇ ਉਹ ਨੈਕਸਟ ਲੈਵਲ ਆ ਬਹੁਤ ਘੈਂਟ ਗਾਣਾ ਇਹਦੇ ਅੱਗੇ ਵੀ ਕਰਾਂਗੇ ਕਮਿਸ਼ਰੀ ਲਾਂਗ ਜਦੋਂ ਕਾਪਾ ਜੀ ਉਦੋਂ ਸੁਣਨਾ ਨੀ ਠੀਕ ਆ ਵੀਰੇ ਡਨ ਆ ਬਾਬਾ ਜੀ ਕੀ ਖਾਣਾ ਪਸੰਦ ਕਰੋਗੇ ਵਾਸਤੇ ਕੋਈ ਚਟਪਟਾ ਜਾਂ ਮੈਂ ਬਾਬਾ ਲਓ ਵੀ ਪੇਟ ਪੂਜਾ ਵਾਸਤੇ ਆ ਗਏ ਵੀਰੇ ਤੁਸੀਂ ਕਰਾਈ ਹੌਟ ਕਾਫੀ ਤੇ ਇੱਧਰ ਬਾਬਾ ਜੀ ਪਾਉਣ ਲੱਗ ਪਏ ਸ਼ਿਕਾਟ ਰੈਪ ਚੱਲਣਗੇ ਆ ਵੀਰੇ ਸਟਾਰਬਕ ਵਾਲੇ ਧੋਖਾ ਕਰ ਗਏ ਨਾਂ ਲਿਖਿਆ ਹੀ ਨਹੀਂ ਉੱਪਰ ਆਪਾਂ ਕਿਹਾ ਹੀ ਨਹੀਂ ਉਹਨਾਂ ਨੂੰ ਸਿੰਗਰ ਜਾਓ ਯਾਰ ਚਲੋ ਗਾਣਾ ਹੋ ਜੇ ਫਿਰ ਆਪਾਂ ਕਿਹਾ ਨਹੀਂ ਗਾਣੇ ਦਾ ਹੁਣ ਤੁਹਾਨੂੰ ਕਹਿਤਾ ਜੀ ਬੜੀ ਕਾਪੀ ਸਰ ਨੇਮ ਕਾਪੀ ਨਹੀਂ ਨਹੀਂ ਐਦਾਂ ਨਹੀਂ ਨਿਰਾਸ਼ਾ ਚ ਗਾਣਾ ਨਿਰਾਸ਼ਾ ਚ ਕਿਵੇਂ ਗਾਵਾਂਗੇ ਸ਼ੂਟਿੰਗ ਹੋਣ ਲੱਗੀ ਵੀਰੇ ਸ਼ੂਟਿੰਗ ਬਾਬਾ ਜੀ ਕਰੋਗੇ ਸ਼ੂਟ ਬੰਬ ਧਮਾਕੇ ਆਉਣੇ ਕਿਉਂ ਵੀਰੇ ਘੈਂਟ ਪ੍ਰੋਜੈਕਟ ਤੇ ਵੀਰੇ ਆਉਣਾ ਕਿਹੜੇ ਚੈਨਲ ਚੁਨਲ ਤੇ ਉਹ ਦੱਸ ਦਿੰਦੇ ਇੱਕ ਵਾਰੀ ਕਿਸੇ ਹੋਰ ਕੰਪਨੀ ਕੁੰਪਨੀ ਤੇ ਨਹੀਂ ਆਪਣੇ ਵਾਲੇ ਆਪਣੇ ਲੇਬਲ ਤੇ ਆਪਣੇ ਯੂਟਿਊਬ ਚੈਨਲ ਜਿਹੜਾ ਈਪੀ ਚ ਟੋਟਲ ਕਿੰਨੇ ਗਾਣੇ ਆ ਪੰਜ
ਵੀਡੀਓ ਕਰ ਦਾਂਗੇ ਫਿਲਹਾਲ ਇੱਕ ਸ਼ੂਟ ਕੀਤੀ ਸੀ ਇੱਕ ਬਾਅਦ ਚ ਕਰ ਲਾਂਗੇ ਜਿਵੇਂ ਪੁਰਾਣੇ ਗਾਣਿਆਂ ਨੂੰ ਪਿਆਰ ਦਿੱਤਾ ਤੁਸੀਂ ਉਦਾਂ ਹੀ ਪਿਆਰ ਖਿੱਚ ਕੇ ਰੱਖਿਓ ਤੇ ਖਿੱਚ ਕੇ ਰੱਖਿਓ ਕੰਮ ਨੂੰ ਤੇ ਗਾਣੇ ਵੀ ਬੜੇ ਪਸੰਦ ਆਉਣਗੇ ਬਾਹਲੇ ਘੈਂਟ ਗਾਣੇ ਆ ਵੀਰੇ ਇੱਕ ਮੇਨ ਗੱਲ ਤੇ ਰਹਿ ਗਈ ਕਿਹੜੀ ਵਿਆਹ ਵਾਲੀ ਖੁਸ਼ਖਬਰੀ ਕਦੋਂ ਦੇ ਰਹੇ ਹੋ ਤੁਸੀਂ ਮੈਨੂੰ ਤਾਂ ਚੇਤਾ ਹੀ ਹੁਣ ਆਇਆ ਸਰਵਾਲਾ ਬਾਬਾ ਜੀ ਨੂੰ ਜੇ ਮਿੱਤਰੋ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਨਵੇਂ ਨਵੇਂ ਵਲੌਗ ਦੇਖਣ ਲਈ ਆਪਣੇ ਚੈਨਲ ਹਰਮਨ ਕੋਸਾ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਠੀਕ ਆ ਬਾਬਾ ਜੀ ਸਤਿ ਸ੍ਰੀ ਅਕਾਲ ਓਕੇ